ਅਸਲਾਮ ਵਾਲੇਕੁਮ, ਕੀ ਹਾਲ ਹੈ? ਠੀਕ ਹੋ? ਅਸੀਂ ਠੀਕ ਹੈ, ਹੋਰ ਠੀਕ ਹੋ? ਹੋਰ ਠੀਕ ਹੋ? ਨਾਮ ਸ਼ੰਤ ਬਾਈ ਦਿਓ। ਅੱਛਾ ਅੱਛਾ, ਠੀਕ ਠੀਕ, ਸਹੀ, ਅੱਲਾ ਨਾ ਸ਼ੁਕਰ। ਠੀਕ ਕੀ ਸਕਦੇ ਹਾਂ? ਨਿੰਬੂ ਨਾ ਸ਼ਰਬਤ। ਮਾੜੇ ਭੈਣਾਂ ਤੋਂ ਮਾੜੇ ਪ੍ਰੋਬਲਮ ਦੇ ਸਾਰੇ ਠੀਕ ਠਾਕ ਹੋਸੋ, ਖੁਸ਼ਪਾਸ਼ ਹੋਸੋ, ਜਿੱਥੇ ਵੀ ਹੋਸੋ, ਆਪਣੀ ਜ਼ਿੰਦਗੀ ਐਸਨ ਤਰੀਕੇ ਨਾਲ ਗੁਜ਼ਾਰਨੇ ਹੋਸੋ। ਲੱਖੋਂ ਕਰੋੜੋਂ ਦਰੂਦ ਸਲਾਮ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਔਰ ਉਹਨਾਂ ਦੀ ਆਲ ਪਰ। ਸਭ ਤੋਂ ਪਹਿਲੇ ਸਾਰਿਆਂ ਭੈਣਾਂ ਭਰਾਵਾਂ ਬਹੁਤ ਬਹੁਤ ਸ਼ੁਕਰੀਆ, ਸੋ ਕੀਮਤੀ ਟਾਈਮ ਕੱਢੀ ਸਾਡੀ ਵੀਡੀਓ ਤੱਕਣੀ ਹੋ। ਅੱਜ ਅਸੀਂ ਜੁਲਿਆ ਜੀ ਪੋਠਾ ਸ਼ੇਰ। ਪੋਠਾ ਸ਼ੇਰ ਜਿਹੜਾ ਮੇਲਾ ਆ, ਉਹ ਮੇਲੇ ਨਾਲ ਵਿਊ ਕਰਾਸਾਂ ਭੈਣਾਂ ਭਰਾਂ ਕੀ, ਔਰ ਜਿਹੜਾ ਤਮਾਸ਼ਾ ਆ ਉਹ ਵੀ ਦੱਸਾਂ ਭੈਣਾਂ ਭਰਾਂ ਕੀ। ਅਤੇ ਹੁਣ ਅਸੀਂ ਜੁਲੇ ਹਾਂ ਅਤੇ ਵਿਊ ਕਰਾਉਂਦੇ ਹਾਂ। ਅਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਜਲਦੀ ਜਲਦੀ ਸਾਡਾ ਚੈਨਲ ਸਬਸਕ੍ਰਾਈਬ ਕਰ ਛੋ, ਤਾਂ ਕਿ ਅਸ਼ਨੇਲੇ ਵਿਲਾਗ ਤੁਸੀਂ ਮਿਸ ਨਾ ਕਰ ਸਕੋ। ਹੁਣ ਜੁਲੇ ਹਾਂ ਭੈਣਾਂ ਭਰਾਂ ਕੀ, ਵਿਊ ਕਰਾਉਣੇ ਤਾਂ ਲੈਸ ਕੋ। ਸਟੇਜ ਬੰਦੇ ਬੈਠੇ ਸਾਰੇ। ਅਸਲਾਮ ਵਾਲੇਕੁਮ, ਕੀ ਹਾਲ ਹੈ? ਠੀਕ ਹੋ? ਅਸੀਂ ਠੀਕ ਹੈ, ਹੋਰ ਠੀਕ ਹੋ? ਹੋਰ ਠੀਕ ਹੋ? ਨਾਮ ਸ਼ੰਤ ਬਾਈ ਦਿਓ। ਅੱਛਾ ਅੱਛਾ, ਠੀਕ ਠੀਕ, ਸਹੀ, ਅੱਲਾ ਨਾ ਸ਼ੁਕਰ, ਜ਼ਬਰਦਸਤ, ਸਹੀ, ਠੀਕ ਹੈ ਜੀ। ਅਸਲਾਮ ਵਾਲੇਕੁਮ, ਕੀ ਹਾਲ ਹੈ? ਠੀਕ ਹੋ? ਹੋਰ ਸੁਣਾਓ, ਸਟੇਜ ਠੀਕ ਹੈ? ਹੋਰ ਜੀ, ਕੀ ਹਾਲ ਹੈ? ਠੀਕ ਹੋ? ਹੋਰ ਸਟੇਜ ਠੀਕ ਹੈ? ਅੱਜ ਤਮਾਸ਼ਾ ਹੋਈ ਰਿਹਾ ਦਾਨਾ ਨਾਲ, ਮਾਸ਼ਾਅੱਲਾ ਜੀ, ਮਤਲਬ ਦੂਆ ਸਾਲ ਇਹ ਮੈਂ ਇਹਨਾਂ ਦੀ ਖੁਸ਼ਾਮਦੀ ਦੱਸਾਂ ਜਿਹੜਾ ਤਮਾਸ਼ਾ ਕਰਾਣੇ, ਸਹੀ ਹੈ, ਜਿਤਨੇ ਇੰਤਜ਼ਾਮੀਆਂ ਉਹਨਾਂ ਦੀ ਜ਼ਹੂਰ ਅਹਿਮਦ ਜੱਟ ਨਿਕਲੇ ਆਲਮੀ ਤਰਫੋਂ ਜਨਾਬ, ਸਲਾਮ ਅਲੈਕੁਮ, ਔਰ ਮੈਂ ਖੁਸ਼ਾਮਦੀ ਦਾ ਜੀ ਜੀ ਚਾ ਕਰੀ ਦੇ ਜਿਹੜਾ ਨਾ ਖਰਚਾ, ਮਾਸ਼ਾਅੱਲਾ ਜੀ, ਇਹ ਆਣੇ ਇਹ ਜਿਹੜਾ ਖਰਚਾ ਹੋਇਆ ਇਹ ਮਾਲ ਅਸੀਂ ਜੀ ਲੰਘੇ, ਇਹ ਐਲਸੀਡੀ ਲਾਈਟ। ਜਨਾਬ ਇਹ ਬੜੀ ਛੜੀ ਦਾ ਕੰਮ ਕਰਦਾ, ਬਿਲਕੁਲ ਸ਼ੌਕ ਹੈ ਨਾ ਜੀ, ਇਹ ਖਾਨਦਾਨੀ ਮਤਲਬ ਇੱਕ ਸ਼ੌਕ ਹੈ, ਅਸਾਂ
ਇਹ ਖਾਸ ਕਰ ਬਰਾਦਰੀਆਂ ਨਾਲ ਜਿਹੜਾ ਨਾ ਰਾਜਾ ਬਰਾਦਰੀ ਚੌਧਰੀ ਬਰਾਦਰੀ ਇਹ ਸਾਨੂੰ ਖਾਨਦਾਨੀ ਸ਼ੌਕ ਹੈ ਘੋੜਾ ਡਾਂਸ ਹੋਇਆ ਜਾਂ ਮਤਲਬ ਊਂਟ ਰੱਖਣਾ ਜਾਂ ਇਹ ਬੈਲ ਰੱਖਣਾ ਇਹ ਖਾਨਦਾਨੀ ਸ਼ੌਕ ਬੜੀ ਮਿਹਰਬਾਨੀ ਕੀ ਹਾਲ ਹੈ ਹੋਰ ਸੁਣਾਓ ਅੱਜ ਤੁਸੀਂ ਇਲਾਕੇ ਵਿੱਚ ਜਿਹੜਾ ਨਾ ਤਮਾਸ਼ੇ ਹੋਈ ਰਹੇ ਤੇ ਰੌਣਕਾਂ ਲੱਗੀਆਂ ਵਾ ਤੇ ਬਾਈ ਗਾਉ ਇਹਨਾਂ ਕੀ ਇਸ ਇਲਾਕੇ ਕੀ ਜ਼ਿਆਦਾ ਜਿਹੜਾ ਪ੍ਰਮੋਟ ਕਰਨਾ ਚਾਹੀਦਾ ਜਿਹੜਾ ਨਾ ਬਾਕੀ ਜਿਹੜੀ ਭਰਾ ਚਾਚਾ ਬਜ਼ੁਰਗ ਹੈ ਉਹਨਾਂ ਨੂੰ ਵੈਲਕਮ ਆਖਦੇ ਹਾਂ ਬਾਕੀ ਜਿਹੜੇ ਨਹੀਂ ਆਏ ਉਹਨਾਂ ਦੀ ਆਸਾਂ ਕੇ ਗਏ ਬਰਦਾਸ਼ਤ ਕਰਨੀ ਪੈਣੀ ਆ ਸ਼ੌਂਕ ਨਾਲ ਮੁੱਲ ਕੋਣੀ ਹੈ ਜਿੱਥੇ ਪਸੀਨਾ ਜਿਹੜਾ ਅਸ਼ਨਾ ਆ ਤੇ ਜ਼ਹਿਰ ਹੈ ਦੋ ਤਮਾਸ਼ਾ ਤੱਕਣੇ ਮੈਂ ਉੱਪਰ ਤੱਕਿਆ ਕਾਫੀ ਉਹਨਾਂ ਲੋਕਾਂ ਕੀ ਪਸੀਨਾ ਆ ਫਿਰ ਵੀ ਉਹ ਇੰਜੋਏ ਕਰਨੇ ਇਸ ਇਲਾਵਾ ਕੱਲ ਵੀ ਦਾਨਾ ਤਮਾਸ਼ਾ ਆ ਜੀ ਜੀ ਪਰਸੋਂ ਕੋਡੀ ਹੈ ਠੀਕ ਹੈ ਘੋੜੇ ਦੀ ਨੁਮਾਇਸ਼ ਵੀ ਹੈ ਠੀਕ ਹੈ ਘੋੜੇ ਦੀ ਨੁਮਾਇਸ਼ ਕਦੋਂ ਹੈ ਪਰਸੋਂ ਹੈ ਠੀਕ ਠੀਕ ਉਂਠਾਂ ਦੀ ਨੁਮਾਇਸ਼ ਵੀ ਹੈ ਅੱਛਾ ਉਂਠਾਂ ਦੀ ਵੀ ਹੈ ਜੀ ਉਂਠਾਂ ਦੀ ਨੁਮਾਇਸ਼ ਹੈ ਜੀ ਜੀ ਭਈਆ ਲਗੇਸ਼ ਨੇ ਇਹਨਾਂ ਦੀ ਦੇਖਭਾਲ ਅੱਛਾ ਅੱਛਾ ਠੀਕ ਠੀਕ ਸਹੀ ਹੈ ਠੀਕ ਹੈ ਜੀ ਬਹੁਤ ਸ਼ੁਕਰੀਆ ਬਹੁਤ ਤੱਕ ਸ਼ੁਕਰੀਆ ਜੀ ਆ ਰਹੇ ਜੀ ਦਾਨ ਹਾਂ ਕਬੀਰ ਕੀ ਹਾਲ ਹੈ ਹੋਰ ਸਹੀ ਸੀ ਠੀਕ ਹੈ ਅੱਜ ਆਣੇ ਪੋਠਾ ਸ਼ਹਿਰ ਵਿੱਚ ਮੇਲਾ ਆ ਤੇ ਬੜੀਆਂ ਰੌਣਕਾਂ ਹੋਣੀ ਥੈ ਰੌਣਕਾਂ ਹੋਈਆਂ ਗਰਮੀ ਦਾ ਤੇ ਡਾਂ ਨਹੀਂ ਮਰਦੇ ਪਏ ਕੀ ਵਜ੍ਹਾ ਇਹਦਾ ਥੱਲੇ ਬਾਹਰ ਨੂੰ ਗਿਰੀ ਐ ਤਾਂ ਕੋਈ ਜੀ ਬੋਨਾ ਇਹਦਾ ਐ ਤਾਂ ਕਿਸ ਗਰਮੀ ਹੈ ਬੋਈ ਜਿਹੜਾ ਇਤਨੀ ਗਰਮੀ ਹੈ ਇਸ ਗਰਮੀ ਵਿੱਚ ਜਿਹੜਾ ਨਾ ਤੁਸੀਂ ਪਤਾ ਫਿਰ ਮੁਸ਼ਕਲ ਹੋ ਜਾਣਾ ਬੰਦੇ ਨਹੀਂ ਖਲਾਉਣਾ ਇੱਥੇ ਤੇ ਹੋਰ ਸਹੀ ਜੀ ਠੀਕ ਹੈ ਅੱਲਾ ਦਾ ਸ਼ੁਕਰ ਮੈਂ ਤੇ ਰੈਕਵਰੇਜ ਕਰਾਉਣਾ ਠੀਕ ਹੈ ਵੈਸੇ ਦੋ ਤਿਆਰ ਹੀ ਆਇਓ ਸੀ ਕਬੱਡੀ ਵੀ ਹੈ ਨਾ ਕੋਡੀ ਵੀ ਹੋਸੀ ਹੈ ਤੇ ਮੁੜੀ ਤੇ ਕਬੱਡੀ ਵੀ ਹੋਸੀ ਹੈ ਤੇ ਬਕਾਇਆ ਦੱਸਣੇ ਸੇ ਘੋੜਿਆਂ ਦਾ ਡਾਂਸ ਵੀ ਹੈ ਕੱਲ੍ਹ ਡਾਂਸ ਹੈ ਕੱਲ੍ਹ ਉਸ ਖਾਂ ਦਾਨਾ ਨੂੰ ਨਿੱਕੇ ਹੋਣਾ ਦੱਖਣ ਮਿਸ਼ਾ ਗਿਆ ਕੋਈ ਚਾਂਸ ਹੈ ਹੋਰ ਸੇ ਸੇ ਠੀਕ ਹੈ ਠੀਕ ਠਾਕ ਠੀਕ ਹੈ ਸੁਖਬੀਰ ਠੀਕ ਹੈ ਓਕੇ
ਸੰਭਾਲੀਏ। ਆ ਰਹੇ ਜੀ ਦਾਨ ਜੀ, ਕ੍ਰਾਸ ਕਰੀ ਗਏ ਜੀ, ਵਾਹ। ਇਹ ਬੜੀ ਸਪੀਡ ਜਾ ਰਹੀ ਹੈ। ਡਰੋਨ ਤਾਂ ਕਹਿੰਦੇ ਲਾਲ ਲਾਲੀ ਵਾਹ, ਗੇਟ ਕ੍ਰਾਸ ਕਰੀ। ਇਹ ਸਿੱਧੇ ਸਿੱਧੇ ਹੀ ਲੱਗੇ ਹੁਣ। ਆ ਰਹੇ ਜੀ ਦਾਨ ਜੀ, ਛੇਕਣਾ ਹੀ ਬਾਹਰ ਆਇਆ। ਗੇਟ ਕ੍ਰਾਸ ਕਰੀ ਜਾਣ ਸਲੋ ਜੀ। ਨਹੀਂ ਲੱਗਣਾ ਪਹੁੰਚੀ ਅਸੀਂ ਉਹ ਚੜੀ ਗਈ ਬਾਹਰ ਗੇ ਪਰ। ਆ ਰਹੇ ਜੀ ਦਾਨ ਜੀ, ਭੱਜੀ ਗਈ ਜੀ। ਮੈਂ ਨਾਮ ਸ਼ਾਮ ਜੀ ਮੋਟਰਸਾਈਕਲ ਤਾਂ ਕੀ ਸਕਦਾ ਮੈਂ ਤਾਂ ਖੋਤੇ। ਕੀ ਹਾਲ ਹੈ, ਠੀਕ ਹੋ? ਕੀ ਸਕਦੇ ਹੋ ਜੀ, ਕੋਰ ਜੋਗ ਆਈ ਨਹੀਂ ਹੈ ਜੀ। ਭੱਜੀ ਗਈ ਹਾਈ ਸਾਡਾ ਲੋਡ ਵੀ ਬਚਾ ਤਾਂਦਾ ਅਸਲੀ ਬਚਾ। ਜ਼ਬਰਦਸਤ ਆਈ ਰਹੇ ਜੀ, ਤੱਕ ਕੀ ਸਕਦੇ ਹੋ ਜੀ, ਦੌੜ ਹੀ ਨਾ ਨਹੀਂ ਚੰਗੀ ਜੋਗ ਆਈ ਜੀ। ਮਾਸ਼ਾਅੱਲਾ ਚਮੇਰੀ ਵਾਲਾ ਨਾ ਫਿਆ, ਚਮੇਰੀ ਵਾਲਾ
ਆਗੇ ਜੀ ਦਾਨ ਜੀ ਬਾਰ ਬਾਰ ਬਣਾਈ ਸੀ ਬੜਿਆ ਲੋਕਾਂ ਤੱਕ ਹੀ ਹੈ ਗਾਲੀਆਂ ਤਾਂ ਕੋਈ ਕੱਢਣੀ ਆਣੇ ਤੱਕ ਮਿਹਨਤ ਕਰਨੇ ਪਈ ਇਤਨੀ ਗਰਮੀ ਵਿੱਚ ਹੋਰ ਸੁਣਾਓ ਸਿਹਤ ਠੀਕ ਹੈ ਤੇ ਕੋਈ ਬਾਹਰ ਜਾਣੇ ਹੋ ਭੈਣਾਂ ਭਰਾ ਕੀ ਜਿਹੜੇ ਇੰਗਲੈਂਡ ਬੈਠੇ ਉਹਨੇ ਸਾਰੀ ਤਰਫੋਂ ਸਾਰੇ ਸਲਾਮ ਹੱਥ ਬਣ ਗਏ ਸਹੀ ਹੈ ਤੇ ਹੋਰ ਕਿੰਨੇ ਦਾ ਇੱਥੇ ਰੇਸੋ ਇੱਥੇ ਬਸ ਅੱਜ ਹੋਇਆ ਜੀ ਬਸ ਅੱਗੇ ਜਿਹੜੇ ਤਮਾਸ਼ਾ ਦੱਸਣੇ ਜਿਹੜਾ ਉਹ ਨਹੀਂ ਉਹ ਨਾਨਕਾ ਹਾਂ ਕਰ ਕਨੇਲੀ ਤਮਾਸ਼ਾ ਕਰ ਸਾਇਨ ਆ ਅੱਛਾ ਕਨੇਲੀ ਕਰ ਜੀ ਆ ਜੀ ਨਾਇਬ ਸਾਹਿਬ ਅੱਛਾ ਅੱਛਾ ਠੀਕ ਠੀਕ ਹੈ ਜੀ ਠੀਕ ਹੈ ਬੜੀ ਮਿਹਰਬਾਨੀ ਓਕੇ ਇਹ ਤੇ ਕੀ ਸਮੇ ਜੀ ਕੀ ਹਾਲ ਹੈ ਠੀਕ ਹੋ ਕਿਆ ਨਾਂ ਤੁਸੀਂ ਠੀਕ ਹੋ ਗਿਆ ਅੱਛਾ ਠੀਕ ਹੋ ਗਿਆ ਕਿਹੜੇ ਇਲਾਕੇ ਤੋਂ ਬਿਲੋਂਗ ਕਰਨੇ ਹੋ ਠੀਕ ਹੈ ਤਾਂ ਕਿਸ ਨੇ ਜੀ ਚਿਪਸ ਬਣਾਉਣੇ ਵੀ ਅਤੇ ਪਕੌੜੇ ਜਲੇਬੀ ਅਸਲਾਮ ਵਾਲੇਕੁਮ ਕੀ ਹਾਲ ਹੈ ਠੀਕ ਹੋ ਅਤੇ ਕਿਸ ਲਾਈਵ ਨੇ ਜਲੇਬੀ ਕਿਲੋ ਤੇ 600 ਰੁਪਿਆ ਕਿਲੋ ਠੀਕ ਹੋ ਠੀਕ ਅਤੇ ਕਿਸ ਨੇ ਜੀ ਠੀਕ ਹੈ ਜੀ ਤਾਂ ਕੀ ਸਕਦੇ ਹੋ ਨਿੰਬੂਆਂ ਦਾ ਸ਼ਰਬਤ ਬਹੁਤ ਕੀ ਹਾਲ ਹੈ ਠੀਕ ਹੋ ਤੁਸੀਂ ਪਛਾਣੀ ਕਿੱਦਾਂ ਪਏ ਹੋਰ ਸਿਹਤ ਠੀਕ ਹੈ ਅੱਜ ਗਰਮੀ ਬੜੀ ਹੈ ਤੁਸੀਂ ਇਸ ਗਰਮੀ ਵਿੱਚ ਜਿਹੜਾ ਮਿਹਨਤ ਕਰਨੇ ਪਿਓ ਜ਼ਾਹਿਰ ਹੈ ਜੀ ਮਿਹਨਤ ਕਰਨੀ ਪੈਣੀ ਸਹੀ ਹੈ ਅਤੇ ਕੀ ਗੁਜ਼ਾਰਾ ਨਹੀਂ ਇਹਦਾ ਹੈ ਕਿਤਨੇ ਦਿਹਾੜੇ ਦੇ ਸੋਰ ਤਰੇ ਦਿਹਾੜੇ ਥਈ ਅੱਛਾ ਤਰੇ ਦਿਹਾੜੇ ਥਈ ਹੋ ਠੀਕ ਹੋ ਗਿਆ ਜੀ ਅਤੇ ਕਿਸੇ ਲਾਇਆ ਉਹਨੇ ਗਲਾਸ ਗਲਾਸ 100 ਰੁਪਏ ਨਾਲ ਅੱਛਾ ਨਿੰਬੂ ਵਾਲਾ ਠੀਕ ਹੈ ਸੱਤੂ ਵਾਲਾ 150 ਠੀਕ ਹੋ ਗਿਆ ਠੀਕ ਠੀਕ ਹੈ ਬਹੁਤ ਅੱਛਾ ਅੱਛਾ ਠੀਕ ਠੀਕ ਹੋ ਗਿਆ ਤਾਂ ਕਿਸੇ ਠੀਕ ਹੋ ਗਿਆ ਚਲੋ ਇਨਸ਼ਾਅੱਲਾ ਕੱਲ ਵੀ ਕਵਰੇਜ ਕਰਸਾਂ ਕੱਲ ਦਾਨਾ ਨਹੀਂ ਛੋਟੀਆਂ ਨਹੀਂ ਹੈ ਅਤੇ ਉਸ ਤੋਂ ਬਾਅਦ ਊਂਠਾਂ ਨਹੀਂ ਵੀ ਹੈ ਅਤੇ ਘੋੜਿਆਂ ਦਾ ਡਾਂਸ ਉਹ ਵੀ ਕਵਰ ਕਰਸਾਂ ਜਿਹੜਾ ਜੀ 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 ਕਬੱਡੀ ਵੀ ਹੈ ਉਹ ਵੀ ਇਨਸ਼ਾਅੱਲਾ ਭੈਣਾਂ ਭਰਾ ਕੇ ਦੱਸਾਂ ਇੰਗਲੈਂਡ ਲੈਂਗੀ ਸਾਰੇ ਕੀ ਅਤੇ ਹੋਰ ਇੰਗਲੈਂਡ ਲੈਂਗੀ ਸਾਮ ਦੁਆ ਦੇਣਾ ਚਾਹੁੰਦੇ ਹੋ ਜੀ ਜੀ ਰੌਣਕਾਂ ਲੱਗੀਆਂ ਪੋਠਾ ਸ਼ੇਰ ਰੋਜ਼ੀਆਂ ਲੱਗੀਆਂ ਸਹੀ ਗੱਲ ਹੈ ਸਹੀ ਗੱਲ ਜੀ 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 ਉਮੀਦ ਕਰਨੇ ਅੱਜ ਨਾ ਵਲਾਗ ਪਾਣਾ ਕੀ ਪਸੰਦ ਆਈ ਸੀ ਇਨਸ਼ਾਅੱਲਾ ਇੱਕ ਨਵਾਂ ਵਲਾਗ ਕਿ ਨਈ ਜਗ੍ਹਾ ਨੇ ਹਾਜ਼ਰ ਹੋ ਸਕਦਾ ਆਪਣੇ ਪ੍ਰੋਗਰਾਮ ਦੀ ਇਜਾਜ਼ਤ ਓਕੇ ਬਾਅਦ